श्रीकाल सलाम अलैकुम जी सारिआं नूं। ते जो मोहराने हादसा होया अपनी नहर दे विच गड्डी गिरी आ तै जा नूडी वी तों टीम पहुँची आ ते इस करके थोड़ा जिहा जानकारी लै रहे हां मुलाजमां तों वी किस तरह हादसे होए ने किवें नहीं होया रोड उपर जांदी गड्डी किवें गिरी आ बाकी सारी जानकारी लै रहे हां आपां ਮਹਾਰਾਣੇ ਬੰਦਿਆਂ ਤੋਂ ਮੁਲਾਜ਼ਮਾਂ ਤੋਂ ਕਿ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਕਿਹ ਵਜੇ ਗੱਡੀ ਚੱਲੀ ਸੀ ਕਿਹ ਵਜੇ ਨਹੀਂ ਚੱਲੀ ਸੀ ਬਾਕੀ ਬਾਜ਼ਾਰ ਨੂੰ ਟੀ ਵੀ ਤੋਂ ਟੀ ਪਹੁੰਚੀ ਆ ਜੀ ਆਪਣੀ ਅਤੇ ਬਦਲ ਬਦਲ ਸ਼ੇਅਰ ਕਰੋ ਬਦਲ ਬਦਲ ਲਾਈਕ ਕਰੋ ਸਟਾਫ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਰਾਤ ਦੇ ਟਾਈਮ ਕਿਉਂਕਿ ਸਾਡੇ ਕੋਲ ਇੱਥੇ ਹਵਾਲਾਤੀ ਹੁੰਦੇ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਗਾਰਡ ਲਾਈ ਜਾਂਦੀ ਹੈ ਗਾਰਡ 'ਤੇ ਰਾਤ ਗੁਰਨਾਮ ਸਿੰਘ ਮੌਜੂਦ ਸੀਗਾ ਰਾਤ ਤਕਰੀਬਨ 12:15 ਵਜੇ ਉਹ ਜਦੋਂ ਆਪਦੀ ਡਿਊਟੀ 'ਤੇ ਸੀਗਾ ਉਹਨੂੰ ਨਹਿਰ 'ਚ ਡੁੱਬਣ ਦੀ ਆਵਾਜ਼ ਸੁਣੀ ਅਤੇ ਕੁਛ ਚੀਕਾਂ ਸੁਣੀਆਂ ਉਹ ਭੱਜ ਕੇ ਉੱਧਰ ਨੂੰ ਗਿਆ ਅਤੇ ਉਹਨੇ ਆਪਦੇ ਸਾਥੀ ਹਰਵਿੰਦਰ ਸਿੰਘ ਨੂੰ ਬੁਲਾਇਆ ਉਹ ਦੋਨਾਂ ਨੇ ਹੌਸਲਾ ਕਰਕੇ ਪਹਿਲਾਂ ਤਾਂ ਜਿਹੜੇ ਦੋ ਬੰਦੇ ਸੀਗੇ ਇੱਕ ਬੱਚਾ ਸੀਗਾ ਅੱਲਾ ਰੱਖੀ ਖਾਨ ਅਤੇ ਉਹਦੇ ਨਿੱਕਾ ਅਸਰ ਖਾਨ ਉਹ ਦੋਨਾਂ ਨੂੰ ਬਚਾਇਆ ਉਹਨਾਂ ਦਾ ਬੇਟਾ ਸੀਗਾ ਇੱਕ ਉਹਨੂੰ ਵੀ ਉਹਨਾਂ ਨੇ ਬਚਾ ਲਿਆ ਪਰ ਇੱਕ ਲੇਡੀ ਜਿਹੜੀ ਸੀਗੀ ਉਹ ਥੋੜ੍ਹੀ ਜਿਹੀ ਅੱਗੇ ਨਿਕਲ ਗਈ ਸੀ ਉਹਨਾਂ ਨੂੰ ਕਾਫੀ ਡੂੰਘੇ ਪਾਣੀ 'ਚ ਜਾ ਕੇ ਗੁਰਨਾਮ ਸਿੰਘ ਜਿਹੜਾ ਹੌਲਦਾਰ ਹੈ ਉਹਨੇ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬਹੁਤ ਹੀ ਬਹਾਦਰੀ ਨਾਲ ਉਹ ਲੇਡੀ ਨੂੰ ਪਾਣੀ 'ਚੋਂ ਕੱਢਿਆ ਅਤੇ ਚਾਰ ਜਾਨਾਂ ਬਚਾਈਆਂ ਨੇ ਇਹ ਮਤਲਬ ਬਹੁਤ ਹੀ ਬਹਾਦਰੀ ਦਾ ਕੰਮ ਹੈ ਇਸ ਲਈ ਅਸੀਂ ਮੈਂ ਬਤੌਰ CA ਇੰਚਾਰਜ ਅਫਸਰਾਂ ਨੂੰ ਲਿਖਾਂਗਾ ਕਿ ਇਹਨਾਂ ਨੂੰ ਬਹਾਦਰੀ ਦਾ ਪੁਰਸਕਾਰ ਦਿੱਤਾ ਜਾਵੇ ਅਤੇ ਸਰਕਾਰ ਵੱਲੋਂ ਅਸੀਂ ਇਹਨਾਂ ਨੂੰ CM ਬਰੇਵਰੀ ਮੈਡਲ ਜਾਂ ਪ੍ਰਧਾਨ ਮੰਤਰੀ ਰੱਖਿਆ ਪਦਕ ਲਈ ਅਸੀਂ ਲਿਖਾਂਗੇ ਸਰ ਅਤੇ ਇਹਦੇ ਬਾਰੇ ਜਿਹੜਾ ਇਹ ਹਾਦਸਾ ਹੋਇਆ ਵਾ ਇਹ ਕਿਉਂ ਹੋਇਆ ਇਹਦੇ ਬਾਰੇ ਕੁਛ ਦੱਸੋਗੇ ਐਕਚੁਲੀ ਇਹ ਬਨਭੌਰੀ ਪਿੰਡ ਨੂੰ ਸੜਕ ਜਾਂਦੀ ਹੈ ਪਿੰਡ ਵਾਲੇ ਜਿਹੜੇ ਨੇ ਉਹ ਬਹੁਤੇ ਵਾਕਫ ਹੈਗੇ ਨੇ ਰਸਤੇ ਦੇ ਇੱਕ ਦਰੱਖਤ ਹੈਗਾ ਉਹ ਤਕਰੀਬਨ ਸੜਕ ਦੇ ਅੱਧ ਤੱਕ ਕਵਰ ਕਰ ਲੈਂਦਾ ਹੈ ਜਿਨ੍ਹਾਂ ਨੂੰ ਤਾਂ ਪਤਾ ਹੈਗਾ ਉਹ ਤਾਂ ਕੰਧ ਵੱਲ ਦੀ ਕਰਕੇ ਨਿਕਲ ਜਾਂਦੇ ਨੇ ਪਰ ਜਿਹਨੂੰ ਨਹੀਂ ਪਤਾ ਸੀਗਾ ਉਹਨੇ ਸੋਚਿਆ ਵੀ ਦਰੱਖਤ ਹੈਗਾ ਉਹਨੂੰ ਜ਼ਿਆਦਾ ਕੱਟ ਲਈ ਗੱਡੀ ਅਤੇ ਉਹ ਗੱਡੀ ਦਾ ਟਾਇਰ ਸਲਿਪ ਕਰਦਾ 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 ਉਹ ਨਹਿਰ ਦੇ ਵਿੱਚ ਜਾ ਰਹੀ ਸਰ ਤੁਹਾਡਾ ਕੀ ਕਹਿਣਾ ਜਿਹੜੀ ਸੜਕ ਹੈ ਜੋ ਸੁਣਨ ਦੇ ਵਿੱਚ ਆਈ ਹੈ ਕਿ ਇਹ 18 ਫੁੱਟ ਚੌੜੀ ਹੋਣ ਦਾ ਅਲਟੀਮੇਟ ਵਜੋਂ ਪਾਸ ਹੋ ਚੁੱਕਿਆ ਅਸੀਂ ਆਪਦੇ ਅਸੀਂ ਆਪਦੇ ਵੱਲੋਂ ਜਿਸ ਦਿਨ ਮੈਂ ਪਹਿਲੇ ਦਿਨ ਇੱਥੇ ਪੋਸਟ ਹੋਇਆ ਸੀ ਮੈਂ ਪਹਿਲੇ ਦਿਨ ਇੱਕ ਚਿੱਠੀ ਲਿਖ ਦਿੱਤੀ ਸੀਗੀ ਨਹਿਰੀ ਮਹਿਕਮੇ ਨੂੰ ਮੈਂ ਮਿਲਿਆ ਵੀ ਹੈਗਾ ਐਕਸੀਅਰ ਨੂੰ ਇਹਨਾਂ ਦੇ SDO ਨੂੰ ਮਿਲਿਆ ਹੈਗਾ ਵੀ ਇਹ ਸਾਡਾ ਕਰਕੇ ਦਿਓ ਪਰ ਫੰਡਾਂ ਦੀ ਘਾਟ ਕਰਕੇ ਉਹ ਮਤਲਬ ਉੱਤੇ ਕੋਈ ਕਾਰਵਾਈ ਹੋ ਨਹੀਂ ਰਹੀ ਅਤੇ ਹੁਣ ਅਸੀਂ ਥੋੜ੍ਹਾ ਜ਼ੋਰ ਪਾਵਾਂਗੇ ਇਸ 'ਤੇ ਜਿਵੇਂ ASP ਮੈਡਮ ਵੀ ਕਹਿ ਕੇ ਗਏ ਨੇ ਅਤੇ ਉਹ BDO ਸਾਹਿਬ ਨੂੰ SDM ਸਾਹਿਬ ਨੂੰ ਸਾਰਿਆਂ ਨੂੰ ਉਹ ਅਸੀਂ ਕਰਕੇ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਾਂਗੇ ਪਰ RG ਹਾਲੇ ਤਾਂ ਅਸੀਂ ਇਹੀ ਕਰ ਰਹੇ ਹਾਂ ਕਿ ਉਹਦੇ ਰਿਫਲੈਕਟਰ ਲਾ ਦਾਂਗੇ ਤਾਂ ਕਿ ਜੇ ਰਾਤ ਦੇ ਟਾਈਮ ਕੋਈ ਗੱਡੀ ਆਉਂਦੀ ਉਹਨੂੰ ਪਤਾ ਲੱਗ ਜਾਏ ਕਿ ਕਿੱਧਰ ਦੀ ਨਿਕਲਣਾ ਹੈ ਸਰ ਇਹ ਸੁਣਨ 'ਚ ਆਇਆ ਵਾ ਹੁਣੇ ਕਿ ਇੱਕ ਹਾਦਸਾ ਇਹ ਅੱਜ ਦਾ ਪਹਿਲਾ ਹਾਦਸਾ ਨਹੀਂ ਹੈ ਪਹਿਲਾਂ ਵੀ ਇੱਥੇ ਕਾਫੀ ਗੱਡੀਆਂ ਜਿਹੜੀਆਂ ਉਹ ਨਹਿਰ ਦੇ ਵਿੱਚ ਡਿੱਗੀਆਂ ਮੇਰੀ ਨੌਲੇਜ 'ਚ ਨਹੀਂ ਹੈਗਾ ਮੈਂ ਇੱਥੇ ਨਵਾਂ ਲੱਗਿਆ ਮਹੀਨਾ ਪਹਿਲਾਂ ਹੀ ਲੱਗਿਆ ਮੈਂ ਅਤੇ ਜੇ ਹੋਇਆ ਹੋਊਗਾ ਤਾਂ ਪਰ ਇਹਦਾ ਮਤਲਬ ਸਹੀ ਪ੍ਰੀਵੈਂਟਿਵ ਐਕਸ਼ਨ ਨਹੀਂ ਲਿਆ ਗਿਆ ਬਿਲਕੁਲ ਜੇ ਲਿਆ ਹੁੰਦਾ ਤਾਂ ਆਹ ਹਾਦਸਾ ਇਹ ਪਹਿਲਾਂ ਹੀ ਹੈ ਮੇਰੇ ਟਾਈਮ 'ਚ ਇਹ ਪਹਿਲਾਂ ਹੀ ਹੈ ਸਰ ਮਲੇਰਕੋਟਲਾ ਸਾਡਾ ਜ਼ਿਲ੍ਹਾ ਜੋ CIS ਸਟਾਫ ਤੁਹਾਡਾ ਮਹਾਰਾਣੇ ਆਇਆ ਅਸੀਂ ਇਹ ਗੱਲ ਤੋਂ ਅਸੀਂ ਪੱਤਰਕਾਰ ਵੀ ਬਹੁਤ ਖੁਸ਼ ਹਾਂ ਜੋ ਤੁਹਾਡੇ ਅਸੀਂ ਕੰਮਕਾਰ ਦੇਖਦੇ ਨਜ਼ਰ ਆ ਰਹੇ ਨੇ ਨਜ਼ਰ ਕਹਿਣਾ ਮਤਲਬ ਜਿਵੇਂ ਹੁਣ ਨਸ਼ਰ ਦੇਖਿਆ ਜਾਵੇ ਉਹ ਤਰੀਕੇ ਤੁਸੀਂ ਲਗਾਮ ਵੱਧ ਤੋਂ ਵੱਧ ਦੇ ਰਹੇ ਹੋ ਅਤੇ ਕੱਲ੍ਹ ਜਿਵੇਂ ਦੇਖਿਆ ਜਾਵੇ ਸੈਕਟਰੀ ਡਿਊਟੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਵੀ ਦੋ ਬੰਦੇ ਪਕੜ ਦੇ ਵਿੱਚ ਆਏ ਨੇ ਜਿਹੜੇ ਗੱਡੀਆਂ ਚੋਰੀ ਕਰਦੇ ਕੀ ਕਹੋਗੇ ਇਹਦੇ ਬਾਰੇ ਇਹ CIS ਸਟਾਫ ਦਾ ਕੰਮ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਮੈਂ ਪੁੱਛਣਾ ਸੀ ਵੀ ਜਿੱਦਾਂ ਅੱਜ ਇਹ ਨਹਿਰ ਦੇ ਵਿੱਚ ਗੱਡੀ ਡਿੱਗੀ ਆ ਔਰ ਜਿਹੜੇ ਮੇਨ ਮੁਲਾਜ਼ਮ ਸੀਗੇ ਉਹਨਾਂ ਨੇ ਆ ਕੇ ਇੱਥੇ ਜਾਨ ਬਚਾਈ ਆ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਕੁਛ ਪੁੱਛਣਾ ਚਾਹੁੰਦੇ ਸੀ ਸਵਾਲ ਕਿ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਇੱਕ ਇਹ ਫੈਮਿਲੀ ਜੋ ਹੈ ਰਾਤੀ ਆ ਰਹੀ ਸੀ ਤਾਂ ਰੋਡ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਤਾਂ ਇਹ ਕਰਕੇ ਕੋਈ ਵਿਜ਼ੀਬਿਲਿਟੀ ਨਾ ਹੋਣ ਕਾਰਨ ਉਹ ਗੱਡੀ ਡਿੱਗ ਪਈ ਤਾਂ ਚਾਰ ਬੰਦੇ ਉਸ ਫੈਮਿਲੀ 'ਚ ਸੀ ਤਾਂ CIA ਕਿਉਂਕਿ ਪ੍ਰੈਜੈਂਟ ਸੀ ਇੱਥੇ ਤਾਂ ਸਾਡੇ ਕੋਲ IRB ਦੀ ਫੋਰਸ ਅਤੇ ਕੁਛ ਮੁੰਡੇ ਹੈ ਜੋ ਗਾਰਡ ਵਾਸਤੇ ਆਏ ਹੋਏ ਤਾਂ 5th IRB ਤੋਂ ਬਿਲੋਂਗ ਕਰਦੇ ਹੈ ਗੁਰਨਾਮ ਸਿੰਘ ਅਤੇ ਹਰਿੰਦਰ ਸਿੰਘ ਠੀਕ ਹੈ ਇਹ ਦੋਨੋਂ ਮੁੰਡੇ ਸੀ ਤਾਂ ਜਦੋਂ ਇਹ ਫੈਮਿਲੀ ਡਿੱਗ ਪਈ ਨਹਿਰ ਦੇ ਵਿੱਚ ਤਾਂ ਇਹਨਾਂ ਨੇ ਆਵਾਜ਼ਾਂ ਮਾਰੀ
ਤਾਂ ਇਹ ਸੁਣ ਕੇ ਆਏ ਸੀ ਤਾਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਉਹ ਨਾ ਛਾਲ ਮਾਰ ਦੀ ਤਾਂ ਫੈਮਿਲੀ ਦੀ ਜਾਨ ਸੇਵ ਕਰ ਲਈ ਤਾਂ ਉਸ ਕਰਕੇ ਇਹਨੇ ਬਹਾਦਰੀ ਦਿੱਤੀ ਤਾਂ ਬਹੁਤ ਹੀ ਅਪਰੀਸੀਏਸ਼ਨ ਜਿੰਨੀ ਵੀ ਕੀਤੀ ਜਾਏ ਉਹ ਕਮ ਹੀ ਹੈ ਕਿਉਂਕਿ ਚਾਰ ਪੂਰੀ ਫੈਮਿਲੀ ਦੀ ਲਾਈਫ ਇਹਨਾਂ ਨੇ ਸੇਵ ਕੀਤੀ ਹੈ ਤਾਂ ਅਸੀਂ ਅਪਰੀਸੀਏਸ਼ਨ ਦੇ ਲਈ ਵੀ SSC ਮੈਡਮ ਨੂੰ ਅਤੇ CM ਸਾਹਿਬ ਨੂੰ ਵੀ ਲਿਖਾਂਗੇ ਅਤੇ ਅਸੀਂ ਜੋ ਸੇਫਟੀ ਬਾਰੇ ਵੀ ਵਿਚਾਰ ਕਰ ਰਹੇ ਹੈ ਕਿ ਜੋ ਇਹ ਰੋਡ ਹੈ ਬਿਕੋਜ਼ ਛੋਟਾ ਪੈਂਦਾ ਤਾਂ ਉਹ ਪਿੰਡ ਦੇ ਤੋਂ ਜੋ ਮੈਂਬਰ ਹੈ ਉਹ ਵੀ ਇਸ ਰੋਡ ਨੂੰ ਕਾਫੀ ਯੂਜ਼ ਕਰਦੇ ਅਤੇ ਰਾਤ ਵਿਚਾਲੇ ਜਦੋਂ ਵੀ ਆਉਣਾ ਤਾਂ ਵਿਜੀਬਿਲਿਟੀ ਨਾ ਹੋਣ ਕਰਕੇ ਦੁਬਾਰਾ ਵੀ ਇਸ ਤਰੀਕੇ ਦੀ ਕੋਈ ਘਟਨਾ ਨਾ ਹੋਏ ਤਾਂ ਅਸੀਂ ਇਰੀਗੇਸ਼ਨ ਡਿਪਾਰਟਮੈਂਟ ਨੂੰ ਵੀ ਲਿਖਾਂਗੇ ਤਾਂ ਕਿ ਉਹ ਵੀ ਕੁਛ ਕਰੇ ਬਿਕੋਜ਼ ਉਹਦਾ ਵੀ ਆਫਿਸ ਇੱਥੇ ਹੀ ਸੀ ਤਾਂ ਅਸੀਂ ਵੀ ਸਰਪੰਚ ਜੋ ਹੈ ਉਹਦੇ ਨਾਲ ਵੀ ਡਿਸਕਸ ਕਰ ਰਹੇ ਹਾਂ ਕਿ ਅਸੀਂ ਕੀ ਕਰ ਸਕਦੇ ਕਿ ਭਾਰਤ ਵਗੈਰਾ ਹੋ ਜਾਏ ਕਿ ਇਹ ਵਾਈਡ ਹੋ ਜਾਏ ਤਾਂ ਇਹੀ ਹੈ ਬਾਕੀ ਗੁਰਨਾਮ ਸਿੰਘ ਅਤੇ ਹਰਿੰਦਰ ਸਿੰਘ ਨੇ ਬਹੁਤ ਹੀ ਬਹਾਦਰੀ ਦਾ ਕੰਮ ਕੀਤਾ ਹੈ ਅਤੇ ਫੈਮਿਲੀ ਨੂੰ ਬਚਾਇਆ ਹੈ ਫੈਮਿਲੀ ਤੁਹਾਡੇ ਨਾਲ ਹੀ ਹੈ ਮੂੰਹ ਜਵਾਨੀ ਇਹੀ ਦੱਸ ਦੇਂਗੇ ਕਿ ਕੀ ਹੋਇਆ ਸੀ ਰਾਤੀ ਤਾਂ ਤੁਸੀਂ ਇਹਨਾਂ ਨੂੰ ਪੁੱਛ ਲਿਓ ਸੋ ਥੈਂਕ ਯੂ ਮੈਮ ਇੱਕ ਸਵਾਲ ਹੋਰ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਰੋਡ ਬਾਰੇ ਦੱਸ ਰਹੇ ਹੋ ਕਿ ਇਸ ਰੋਡ ਦੇ ਉੱਤੇ ਇੱਦਾਂ ਹੀ ਖਰਾਬੀ ਹੋਣ ਦੇ ਕਾਰਨ ਇਹ ਹਾਦਸਾ ਹੋਇਆ ਆ ਜੀ ਅਤੇ ਅਸੀਂ ਇਹੀ ਜਾਣ ਪੁੱਛਣਾ ਚਾਹੁੰਦੇ ਹਾਂ ਕਿ ਇਸ ਰੋਡ ਦੇ ਉੱਤੇ ਹੁਣ ਇਸ ਜੋ ਵੀ ਇਹ ਖਰਾਬੀ ਹੋਈ ਹੈ ਇਹਦੇ 'ਤੇ ਅਗਾਂਹ ਕਾਰਵਾਈ ਕੀਤੀ ਜਾਏਗੀ ਕਿ ਅਗਲੀ ਜਿਹੜੀ ਕੋਈ ਫੈਮਿਲੀ ਕਿਉਂਕਿ ਅੱਜ ਤਾਂ ਇਹ ਮੌਜੂਦ ਸੀ ਔਰ ਉਹਨਾਂ ਨੇ ਉਸ ਪਰਿਵਾਰ ਦੀ ਜਾਨ ਬਚਾ ਲਿੱਤੀ ਜੀ ਕੱਲ੍ਹ ਨੂੰ ਰਾਤ ਬਰਾਤੇ ਕੋਈ ਇੱਦਾਂ ਦਾ ਪ੍ਰੋਬਲਮ ਹੁੰਦੀ ਆ ਜੀ ਕੁਛ ਵੀ ਹਾਦਸਾ ਹੋ ਸਕਦਾ ਜਿਹਦੇ ਕਰਕੇ ਕਿਸੇ ਦੀ ਗੱਲਬਾਤ ਨਾ ਹੋਵੇ ਇਹਦੇ ਬਾਰੇ ਤੁਸੀਂ ਕੁਛ ਦੱਸੋ ਹਾਂਜੀ ਅਸੀਂ ਇਨਫੈਕਟ 3-4 ਦਿਨ ਪਹਿਲਾਂ ਹੀ ਜੋ ਮਾਹੌਰਾਣਾ ਦੇ ਸਰਪੰਚ ਹੈ ਪੰਚਾਇਤ ਨਾਲ ਸਾਡਾ ਡਿਸਕਸ਼ਨ ਹੋਇਆ ਸੀ ਕਿ ਅਸੀਂ ਚਾਹ ਰਹੇ ਹਾਂ ਕਿ ਜੋ ਨਰੇਗਾ ਦੇ ਥਰੂ ਜੋ ਥੋੜ੍ਹਾ ਬਹੁਤ ਭਾਰਤ ਵਗੈਰਾ ਹੋ ਪਾਏ ਅਤੇ ਰੋਡ ਥੋੜ੍ਹੀ ਔਰ ਵਾਈਡ ਹੋ ਜਾਏ ਦੂਜੀ ਚੀਜ਼ ਅਸੀਂ ਇਹ ਸੋਚ ਰਹੇ ਹਾਂ ਕਿ ਰਿਫਲੈਕਟਰ ਜਿੰਨੇ ਵੀ ਇੱਥੇ ਦਰਖਤ ਹੈ ਉਹਦੇ ਉੱਪਰ ਰਿਫਲੈਕਟਰ ਲਾ ਦੇ ਤਾਂ ਕਿ ਨਾਈਟ ਕੇ ਟਾਈਮ ਵਿਜੀਬਿਲਿਟੀ ਥੋੜ੍ਹੀ ਵੱਧ ਜਾਏ ਕਿ ਲੋਕਾਂ ਨੂੰ ਪਤਾ ਚੱਲੇ ਕਿ ਇੱਥੇ ਕੋਈ ਓਬਸਟ੍ਰਕਸ਼ਨ ਸੀ ਦੂਜਾ ਅਸੀਂ ਇਹ ਚਾਹ ਰਹੇ ਹਾਂ ਕਿ ਜੋ ਨਹਿਰੀ ਸਾਈਡ ਹੈ ਉੱਥੇ ਪੋਲਸ ਵਗੈਰਾ ਲੱਗ ਜਾਏ ਤਾਂ ਕਿ ਲੋਕਾਂ ਨੂੰ ਥੋੜ੍ਹਾ ਸਾ ਉੱਥੇ ਵੀ ਰਿਫਲੈਕਟ ਵਗੈਰਾ ਲਾ ਕੇ ਪਤਾ ਚੱਲ ਜਾਏ ਕਿ ਇੱਥੇ ਨਹਿਰ ਹੈ ਤਾਂ ਇਹ ਅਸੀਂ ਟਰਾਈ ਕਰ ਰਹੇ ਨੇ ਔਰ ਦੂਜਾ ਫਿਰ ਇਰੀਗੇਸ਼ਨ ਡਿਪਾਰਟਮੈਂਟ ਬਿਕੋਜ਼ ਉਹਨਾਂ ਦਾ ਹੀ ਮਹਿਕਮਾ ਪੈਂਦਾ ਹੈ ਤਾਂ ਉਹ ਕੀ ਕਰ ਸਕਦੇ ਉਹ ਵੀ ਉਹਨਾਂ ਦੇ ਨਾਲ ਡਿਸਕਸ ਕਰਕੇ ਅਸੀਂ ਟਰਾਈ ਕਰਾਂਗੇ ਕਿ ਜੋ ਇਹ ਰੋਡ ਹੈ ਇਹਨੂੰ ਕਿਸ ਤਰ੍ਹਾਂ ਲੋਕਾਂ ਲਈ ਸੇਫ ਬਣਾਇਆ ਜਾ ਸਕੇ ਬਿਕੋਜ਼ ਐਟ ਪ੍ਰੈਜੈਂਟ ਸੇਫ ਤਾਂ ਨਹੀਂ ਹੈਗੀ ਇਹ ਰੋਡ ਅਸੀਂ ਟਰਾਈ ਕਰ ਰਹੇ ਹਾਂ ਕਿ ਸੇਫ ਹੋ ਜਾਏ ਜੀ ਥੈਂਕ ਯੂ ਜੀ